ਕਿਸਾਨ ਵੀਰੋ ਰਾਮ ਰਾਮ। ਜੇ ਚੈਨਲ 'ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਰੈੱਡ ਕਲਰ ਦੇ ਬਟਨ ਨੂੰ ਦਬਾ ਕੇ ਅਤੇ ਬੈੱਲ ਆਈਕੋਨ ਨੂੰ ਵੀ ਔਨ ਕਰ ਲਓ ਤਾਂ ਜੋ ਤੁਸੀਂ ਸਾਡੀ ਸਾਰੀ ਆਉਣ ਵਾਲੀ ਵੀਡੀਓਸ ਸਭ ਤੋਂ ਪਹਿਲਾਂ ਦੇਖ ਸਕੋ। ਕਿਸਾਨ ਵੀਰੋ, ਅੱਜ ਜੋ ਟਰੈਕਟਰ ਦੀ ਆਪਾਂ ਗੱਲ ਕਰਨੀ ਆ ਉਹ ਟਰੈਕਟਰ ਆ ਮਹਿੰਦਰਾ ਦਾ 475 DI XP+। ਜੇ ਗੱਲ ਕੀਤੀ ਜਾਏ ਇਸ ਟਰੈਕਟਰ ਦੀ ਤਾਂ 44 HP ਕੈਟਾਗਰੀ 'ਚ ਕਿਸਾਨ ਵੀਰੋ ਟਰੈਕਟਰ ਆਉਂਦਾ ਹੈ। ਬਹੁਤ ਹੀ ਵਧੀਆ ਟਰੈਕਟਰ ਇਹ ਮੀਡੀਅਮ ਕਿਸਾਨਾਂ ਦੇ ਲਈ। ਕਿਸਾਨ ਵੀਰੋ, ਇਹ ਟਰੈਕਟਰ ਦੀ ਜੋ ਪ੍ਰੋਡਕਸ਼ਨ ਆ ਕੰਪਨੀ ਦੁਆਰਾ ਵਿੱਚ ਜੀ ਬੰਦ ਕਰ ਦਿੱਤੀ ਗਈ ਸੀ, ਲੇਕਿਨ ਕਿਸਾਨਾਂ 'ਚ ਹੈਵੀ ਡਿਮਾਂਡ ਹੋਣ ਕਰਕੇ ਇਸ ਟਰੈਕਟਰ ਦੀ ਕੰਪਨੀ ਨੂੰ ਦੁਬਾਰਾ ਰੀਲੌਂਚ ਕਰਨਾ ਪਿਆ ਇਸ ਟਰੈਕਟਰ ਨੂੰ, ਤਾਂ ਜੋ ਕਿਸਾਨ ਇਸ ਟਰੈਕਟਰ ਨੂੰ ਖਰੀਦ ਸਕਣ। ਬਾਕੀ ਜੇ ਗੱਲ ਕਰੀਏ ਕਿਸਾਨ ਵੀਰੋ, ਇਸ ਟਰੈਕਟਰ ਦੀ 44 HP ਕੈਟਾਗਰੀ 'ਚ ਟਰੈਕਟਰ ਹੈ, ਮੀਡੀਅਮ ਟਰੈਕਟਰ ਹੈ, ਇੱਕ ਮਾਡਲ ਇਸ ਤੋਂ ਛੋਟਾ ਵੀ ਆਉਂਦਾ ਹੈ 40 HP ਕੈਟਾਗਰੀ 'ਚ, ਮਹਿੰਦਰਾ 415 DI XP+। ਅਤੇ ਜੇ ਇਸ ਤੋਂ ਵੱਡੇ ਮਾਡਲ ਦੀ ਇੱਕ ਗੱਲ ਕੀਤੀ ਜਾਏ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਮਹਿੰਦਰਾ 575 DI XP+ ਆਉਂਦਾ ਹੈ। ਅਤੇ ਇਹ ਦੋਨਾਂ ਦੇ ਸੈਂਟਰ 'ਚ ਹੈ ਟਰੈਕਟਰ, ਮੀਨਿੰਗ ਮੀਡੀਅਮ ਸਾਰੇ ਕੰਮ ਕਰਦਾ ਹੈ, ਜਿਹੜਾ ਮਰਜ਼ੀ ਕੋਈ ਵੀ ਇੰਪਲੀਮੈਂਟ ਚਲਾ ਸਕਦੇ ਹੋ। ਜੇ ਗੱਲ ਕਰੀਏ ਟਰੈਕਟਰ ਦੀ ਤਾਂ 7 ਫੁੱਟ ਦਾ ਰੂਟਾਵੀਟਰ ਬਹੁਤ ਹੀ ਰਮਾਨ ਨਾਲ ਟਰੈਕਟਰ ਖਿੱਚਦਾ ਹੈ। ਅਤੇ ਤੇਲ ਦੀ ਕੰਜਮਪਸ਼ਨ ਆ ਜੋ ਟਰੈਕਟਰ ਦੀ ਬਹੁਤ ਹੀ ਘੱਟ ਹੈ, ਤੇਲ ਦੀ ਖਪਤ ਭੂਮੀ ਪੁੱਤਰ ਦੀ ਬ੍ਰੈਂਡਿੰਗ ਦੇ ਸਕਦੇ ਹੋ ਤੁਸੀਂ 6 ਸਾਲ ਦੀ ਵਾਰੰਟੀ ਦੇ ਨਾਲ। ਬਾਕੀ ਜੇ ਗੱਲ ਕਰੀਏ ਕਿਸਾਨ ਵੀਰੋ ਇਹਦੇ ਪਲੇਟਫਾਰਮ ਦੀ ਤਾਂ ਖੁੱਲ੍ਹਾ ਪਲੇਟਫਾਰਮ ਦਿੱਤਾ ਗਿਆ ਹੈ ਕੰਪਨੀ ਦੁਆਰਾ, ਤੁਸੀਂ ਦੇਖ ਸਕਦੇ ਹੋ। ਤੇਲ 'ਚ ਡੁੱਬੀਆਂ ਹੋਈਆਂ ਡਿਸਕ ਬ੍ਰੇਕਾਂ ਨੇ ਟਰੈਕਟਰ ਦੀਆਂ। ਅਤੇ ਜੇ ਗੇਅਰ ਬੋਕਸ ਦੀ ਗੱਲ ਕੀਤੀ ਜਾਏ ਤਾਂ ਕੌਂਸਟੈਂਟ ਮੈਸ਼ ਗੇਅਰ ਬੋਕਸ ਦੇ ਨਾਲ ਹੈ ਟਰੈਕਟਰ। ਡਰਾਈ ਕਲੀਨਰ ਦੀ ਗੱਲ ਕਰੀਏ ਜੇ ਇਹਦੇ 'ਤੇ ਤੇਲ ਵਾਲਾ ਏਅਰ ਕਲੀਨਰ ਦਿੱਤਾ ਗਿਆ ਹੈ ਕੰਪਨੀ ਦੁਆਰਾ। ਬਾਕੀ ਤੁਸੀਂ ਟਰੈਕਟਰ ਹੈ ਜੋ ਬਹੁਤ ਹੀ ਬੇਫਿਕਰ ਹੋ ਕੇ ਖਰੀਦ ਸਕਦੇ ਹੋ, ਮੀਨਿੰਗ ਕੋਈ ਕਮੀ ਨਹੀਂ ਹੈ ਇਸ ਟਰੈਕਟਰ 'ਚ। ਜੇ ਇਹਦੇ ਗੇਅਰਾਂ ਦੀ ਗੱਲ ਕਰੀਏ ਤਾਂ 4 ਫੋਰਵਰਡ ਅਤੇ 1 ਰਿਵਰਸ ਗੇਅਰ ਦੇ ਨਾਲ ਹੈ। ਬੈਕ ਹਿੱਸਾ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਜ਼ਬਰਦਸਤ ਦਿੱਤਾ ਗਿਆ ਹੈ ਕੰਪਨੀ ਦੁਆਰਾ। ਜੇ ਗੱਲ ਕੀਤੀ ਜਾਏ ਇਹਦੇ ਬੈਕ ਟਾਇਰਾਂ ਦੀ ਤਾਂ 13/6/28 ਦੇ ਕਿਸਾਨ ਵੀਰੋ ਇਹਦੇ ਬੈਕ ਟਾਇਰ ਨੇ ਟਰੈਕਟਰ ਦੇ। ਗੱਲ ਕਰੀਏ ਇਹਦੇ ਪਾਵਰ ਸਟੇਅਰਿੰਗ ਦਾ, ਡਿਊਲ ਐਕਟਿੰਗ ਪਾਵਰ ਸਟੇਅਰਿੰਗ ਹੈ। ਕਲੱਚ ਦੀ ਗੱਲ ਕੀਤੀ ਜਾਏ ਤਾਂ ਸਿੰਗਲ ਕਲੱਚ ਜਾਂ ਡਿਊਲ ਕਲੱਚ ਦੋਨਾਂ ਦਾ ਆਪਸ਼ਨ ਹੈ, ਜੋ ਤੁਹਾਡੀ ਮਰਜ਼ੀ ਹੈ ਤੁਸੀਂ ਖਰੀਦ ਸਕਦੇ ਹੋ। ਬਾਕੀ ਕਿਸਾਨ ਵੀਰੋ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗੀ, ਅਤੇ ਅਗਲੀ ਵੀਡੀਓ ਤੁਸੀਂ ਕਿਸ ਟਰੈਕਟਰ 'ਤੇ ਦੇਖਣਾ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਦੱਸਿਓ। ਰਾਮ ਰਾਮ।